ਸੰਗਤ ਜੀ ਸਦਾ ਹੀ ਜਿਹੜਾ ਵਾ ਇਹ ਜਿਹੜੀ ਬਦੀ ਅਤੇ ਨੇਕੀ ਦੀ ਜਿਹੜੀ ਆ ਉਹ ਚੱਲਦੀ ਆਈ ਹੈ। ਇਹੀ ਜਿਹੜਾ ਸੀ ਨਰਾਇਣ ਮਹੰਤ ਸੀਗਾ ਇਹ ਉਹਨੂੰ ਇੱਥੋਂ ਕੱਢਣ ਵਾਸਤੇ ਸਿੱਖਾਂ ਨੂੰ ਆਪਣੀਆਂ ਸ਼ਹਾਦਤਾਂ ਦੇਣੀਆਂ ਪਈਆਂ। ਇਹ ਚਾਹੇ ਕੱਲ੍ਹ ਦੀ ਗੱਲ ਸੀ ਚਾਹੇ ਅੱਜ ਆ ਚਾਹੇ ਆਉਣ ਵਾਲਾ ਸਮਾਂ ਹੈ ਇਹ ਜਿਹੜੀ ਇਹ ਚੱਲਦੀ ਰਹਿਣੀ ਹੈ ਅਤੇ ਉਹਦੇ ਵਾਸਤੇ ਇਹ ਤਾਂ ਅਸੀਂ ਫੈਸਲਾ ਕਰਨਾ ਹੈ ਕਿ ਅਸੀਂ ਕਿਹੜੇ ਪਾਸੇ ਘੁਲਾਉਣਾ ਹੈ। ਜੇ ਤਾਂ ਅਸੀਂ ਬਦੀ ਵਾਲੇ ਪਾਸੇ ਹੋ ਗਏ ਫਿਰ ਤਾਂ ਚਲੋ ਜੋ ਅਸੀਂ ਕਰਨਾ ਉਹ ਸਾਰਿਆਂ ਨੂੰ ਪਤਾ ਹੀ ਹੈ, ਪਰ ਜੇ ਅਸੀਂ ਆਪਣੇ ਆਪ ਨੂੰ ਉਸ ਲਾਈਨ ਤੋਂ ਜ਼ਰਾ ਵੀ ਇੱਧਰਲੇ ਪਾਸੇ ਖਲੋਂਦੇ ਹਾਂ ਤਾਂ ਸਾਡਾ ਜਿਹੜਾ ਵਾ ਅਸੀਂ ਮੈਂਟਲੀ ਪ੍ਰਪੇਅਰਡ ਹੋਣੇ ਚਾਹੀਦੇ ਹਾਂ ਕਿ ਕਦੀ ਵੀ ਸਾਡੇ ਉੱਤੇ ਜਦੋਂ ਵੀ ਅਸੀਂ ਸੱਚਾਈ ਦੀ ਗੱਲ ਕਰਾਂਗੇ ਸਾਡੇ ਉੱਤੇ ਉਹ ਆਂਚਾਂ ਆਉਣਗੀਆਂ। ਜੇ ਉਹ ਕੱਲ੍ਹ ਭਾਈ ਲਕਸ਼ਮਣ ਸਿੰਘ ਜੀ ਸ਼ਹੀਦ ਹੋਏ ਸੀ, ਕੱਲ੍ਹ ਨੂੰ ਉਹ ਕੋਈ ਹੋਰ ਚਾਹੇ ਮੈਂ ਚਾਹੇ ਕੋਈ ਹੋਰ ਪਿਆਰਾ ਵੀ ਹੋ ਸਕਦਾ। ਅਤੇ ਜਿਹੜਾ ਵਾ ਮੇਨ ਗੁਰੂ ਸਾਹਿਬ ਨੇ ਉਹ ਜਿਸ ਦਿਨ ਪਹਿਲੇ ਦਿਨ ਤੋਂ ਗੁਰੂ ਨਾਨਕ ਦੇਵ ਜੀ ਨੇ ਹੋਕਾ ਦਿੱਤਾ ਸੀਗਾ ਉਹ ਸੱਚ ਦਾ ਸੀ, ਸੱਚ 'ਤੇ ਚੱਲਣ ਦਾ ਸੀ, ਸੱਚ 'ਤੇ ਪਹਿਰਾ ਦੇਣ ਦਾ ਸੀ। ਅਤੇ ਉਹ ਇਹ ਨਹੀਂ ਆ ਕਿ ਗੁਰੂ ਸਾਹਿਬ ਨੂੰ ਹੋਕਾ ਦਿੱਤੇ ਨੂੰ 550 ਸਾਲ ਹੋ ਚੱਲੇ ਆ ਅਤੇ ਉਹ ਪੁਰਾਣਾ ਹੋ ਗਿਆ, ਅੱਜ ਵੀ ਉਹ ਉੱਦਾਂ ਦਾ ਹੀ ਉੱਦਾਂ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਗੁਰੂ ਸਾਹਿਬ ਦਾ ਜਿਹੜਾ ਹੋਕਾ ਅੱਜ ਵੀ ਓਨਾ ਹੀ ਨਵਾਂ ਹੈ ਅਤੇ ਅੱਜ ਵੀ ਸਾਡੇ 'ਤੇ ਓਨਾ ਹੀ ਲਾਗੂ ਹੁੰਦਾ ਹੈ। ਜਿੱਥੇ ਅਸੀਂ ਮਨੁੱਖਤਾ ਦੀ ਸੇਵਾ ਕਰਨੀ ਹੈ ਧਰਮ ਤੋਂ ਉੱਤੇ ਉੱਠ ਕੇ ਕੋਈ ਵੀ ਮਨੁੱਖ ਦੁਖੀ ਦੀਨ ਹੈ ਉਹਦੀ ਸਹਾਇਤਾ ਕਰਨੀ ਹੈ, ਉਹਦੀ ਮਦਦ ਕਰਨੀ ਹੈ, ਚਾਹੇ ਉਹ ਲੰਗਰ ਰੂਪ ਹੋਵੇ ਚਾਹੇ ਉਹਨੂੰ ਪ੍ਰੋਟੈਕਸ਼ਨ ਦੇਣ ਦੀ ਗੱਲ ਹੋਵੇ, ਉੱਥੇ ਜਿਹੜੀ ਆ ਅਸੀਂ ਹਮੇਸ਼ਾ ਸੱਚ ਦੇ ਨਾਲ ਖਲੋਣਾ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ ਮੇਰੇ 'ਤੇ ਵੀ ਅਤੇ ਜਿਹੜੇ ਹੋਰ ਵੀ ਆਏ ਆ ਉਹ ਸਾਰਿਆਂ ਦੇ ਉੱਤੇ ਕਿ ਅਸੀਂ ਇਹ ਜਿਹੜਾ ਆਪਣੇ ਜਿੰਦੇ 'ਚ ਪਹਿਰਾ ਦੇ ਸਕੀਏ। ਠੀਕ ਹੈ ਜੀ, ਮੈਂ ਕੋਈ ਬੁਲਾਰਾ ਨਹੀਂ ਹਾਂ ਅਤੇ ਬਹੁਤੀਆਂ ਮੈਂ ਗੱਲਾਂ ਕਰਨੀਆਂ ਜਾਣਦਾ ਵੀ ਨਹੀਂ ਹਾਂ ਅਤੇ ਨਾ ਹੀ ਗੁਰੂ ਸਾਹਿਬ ਮੈਨੂੰ ਸਿਖਾਉਣ, ਅਤੇ ਮੈਂ ਇੰਨੀਆਂ ਭੁੱਲਾਂ ਦੀ ਮਾਫ਼ੀ ਅਤੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਸਿਰ ਝੁਕਾਉਂਦਾ ਹੋਇਆ ਆਪ ਜੀ ਨਾਲ ਫਤਿਹ ਦੀ ਸਾਂਝੀ ਕਰਦਾ ਜੀ। ਭੁੱਲਾਂ ਚੋਂਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।